ਆਪਣੀ ਹੋਣ ਵਾਲੀ ਨੂੰਹ ਨੂੰ ਸ਼ਗਨ ਪਾਉਣ ਜਾ ਰਿਹਾ ਸੀ ਪਰਿਵਾਰ ਕਿ ਰਾਹ ਦੇ ਵਿੱਚ ਅਜਿਹਾ ਹਾਦਸਾ ਹੋਇਆ। ਸਾਰੀਆਂ ਖੁਸ਼ੀਆਂ ਗਮੀ ਦੇ ਵਿੱਚ ਤਬਦੀਲ ਹੋ ਗਈਆਂ। ਤੁਹਾਨੂੰ ਦੱਸ ਦਈਏ ਕਿ ਇੱਕ ਪਰਿਵਾਰ ਗੱਡੀ ਦੇ ਵਿੱਚ ਸਵਾਰ ਹੋ ਕੇ ਆਪਣੇ ਹੋਣ ਵਾਲੀ ਨੂੰਹ ਦੇ ਘਰ ਉਸ ਨੂੰ ਸ਼ਗਨ ਪਾਉਣ ਜਾ ਰਿਹਾ ਸੀ, ਰਾਹ ਦੇ ਵਿੱਚ ਹਾਦਸਾ ਹੋ ਗਿਆ। ਦੇਖੋ ਤਸਵੀਰਾਂ ਬਠਿੰਡਾ ਦੇ ਪਿੰਡ ਕੋਟ ਫੱਤਾ ਦੀਆਂ ਨੇ। ਤੁਹਾਨੂੰ ਦੱਸ ਦਈਏ ਕਿ ਕੋਟ ਫੱਤਾ ਵਿਖੇ ਸ਼ਗਨ ਪਾਉਣ ਜਾ ਰਹੇ ਸੀ ਪਰਿਵਾਰ, ਕਾਰ ਹਾਦਸੇ ਦਾ ਸ਼ਿਕਾਰ ਹੋਈ ਅਤੇ ਇੱਕ ਸ਼ਖਸ ਦੀ ਮੌਤ ਹੋ ਗਈ। ਦੱਸ ਦਈਏ ਕਿ ਹੋਣ ਵਾਲੀ ਆਪਣੀ ਨੂੰਹ ਨੂੰ ਸ਼ਗਨ ਪਾਉਣ ਦੇ ਲਈ ਚਾਈ ਚਾਈ ਜਾ ਰਹੇ ਸੀ, ਪਰ ਰਾਹ ਦੇ ਵਿੱਚ ਅਜਿਹਾ ਹਾਦਸਾ ਹੋਇਆ। ਕਾਰ ਪਿੰਡ ਕੋਟ ਫੱਤਾ ਨੇੜੇ ਪਹੁੰਚਦੀ ਹੈ, ਗੁਆਰੀ ਇੱਕ ਘਰ ਓਵਰਟੇਕ ਕਰਨ ਦੇ ਚੱਕਰ 'ਚ ਆਮੋ ਸਾਹਮਣੇ ਟੱਕਰ ਹੋਈ ਅਤੇ ਦੋ ਔਰਤਾਂ, ਇੱਕ ਬੱਚਾ, ਇੱਕ ਵਿਅਕਤੀ ਇਹ ਜ਼ਖਮੀ ਹੋਏ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਲਾੜਾ, ਜਿਹੜਾ ਹੋਣ ਵਾਲਾ ਲਾੜਾ ਹੈ, ਉਹ ਦੇਖੋ ਕਿਵੇਂ ਹਸਪਤਾਲ 'ਚ ਬੈਠਾ ਰੋ ਰਿਹਾ ਹੈ, ਕੰਬ ਰਿਹਾ ਹੈ, ਡਰ ਲੱਗ ਰਿਹਾ ਹੈ ਉਸਨੂੰ, ਕਿਉਂਕਿ ਹਾਦਸੇ ਦੇ ਵਿੱਚ ਉਸਦੇ ਪਰਿਵਾਰਕ ਮੈਂਬਰ ਦੀ ਜਾਨ ਗਈ ਆ। ਖੁਸ਼ੀਆਂ ਦਾ ਵੇਲਾ ਸੀ, ਪਰਿਵਾਰ ਚਾਈ ਚਾਈ ਜਾ ਰਿਹਾ ਸੀ ਆਪਣੀ ਨੂੰਹ ਨੂੰ ਸ਼ਗਨ ਲਗਾਉਣ ਦੇ ਲਈ, ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰ ਜਾਵੇਗਾ। ਤਾਂ ਦੇਖੋ ਇਹ ਤਸਵੀਰਾਂ ਜੋ ਬਠਿੰਡਾ ਦੇ ਪਿੰਡ ਕੋਟ ਫੱਤਾ ਤੋਂ ਸਾਹਮਣੇ ਆ ਰਹੀਆਂ ਨੇ। ਕੋਟ ਫੱਤੇ ਓਵਰਟੇਕ ਕਰਕੇ ਗੱਡੀ ਵਾਲੀ ਨਾਲ ਦਾਰੂ ਦੀਆਂ ਬੋਤਲਾਂ ਪੀਣ ਵਿੱਚ, ਕਹਿੰਦੇ ਘਰ ਦੇ ਕਹਿੰਦੇ ਮੈਂਟਰੀ ਆਪਦੇ ਟੱਬਰ ਗੱਡੀ ਕਿਉਂ ਫੜਾਈ ਜੀ, ਮੈਂਟਰੀ ਆਪਦੇ ਟਾਈ। ਤੁਸੀਂ ਕਾਹਦੇ ਸੀਗੇ? ਅਸੀਂ ਵੀ ਸਵਿਫਟ ਗੱਡੀ 'ਤੇ ਸੀਗੇ ਜੀ, ਅਸੀਂ ਸਗਨ ਪਾਉਣ ਜਾ ਰਹੇ ਸੀ ਕੋਟ ਕਪੂਰੇ। ਕਿੰਨੇ ਨੇ ਜ਼ਖਮੀ ਹੋਏ ਆ? ਸਰ ਅਸੀਂ ਸਿਰ ਪੱਟੇ ਹੋਏ। ਕਿੰਨੇ ਕੁ ਜਣੇ ਆ? ਚਾਰ ਜਣਿਆਂ ਦੀ ਡੈਥ ਹੋਈ। ਬਸ ਡੈਥ ਵੀ ਹੋਈ ਕੋਈ? ਕੁੜੀਆਂ ਦੇ ਬੰਦੇ ਕਿੰਨੀ ਡੈਥ ਕਿੰਨੀ ਹੈ? ਡੈਥ ਵੀ ਹੋਈ ਕੋਈ? ਇੱਕ ਡੈਥ ਹੋ ਗਈ ਤਾਏ ਦੀ ਜੀ ਮੇਰੇ। ਮੌੜ ਚੜ੍ਹਤ ਸਿੰਘ ਜਾਂਦੇ ਸੀ, ਦਿਓਰ ਦਾ ਸ਼ਗਨ ਸੀਗਾ, ਸ਼ਗਨ ਪਾਉਣ ਜਾਂਦੇ ਸੀ। ਮੌੜ ਚੜ੍ਹਤ ਸਿੰਘ ਵਾਲੇ ਤੋਂ ਚੱਲੇ ਸੀ? ਚੱਲੇ ਸੀਗੇ। ਕਿੱਥੇ ਜਾਂਦੇ ਸੀਗੇ? ਕੋਟਕਪੁਰੇ ਜਾਂਦੇ ਸੀ। ਫਿਰ ਕੀ ਹੋਇਆ? ਕੀ ਹੈ ਪਤਾ ਹੀ ਨਹੀਂ ਲੱਗਿਆ, ਕੀ ਹੋ ਗਿਆ, ਕਿਵੇਂ ਕੀ ਹੋ ਗਿਆ, ਐਕਸੀਡੈਂਟ ਹੋ ਗਿਆ, ਐਂ ਪਤਾ ਲੱਗਿਆ ਬਸ ਵੀ ਐਕਸੀਡੈਂਟ ਹੋ ਗਿਆ, ਕੁਛ ਨਹੀਂ ਪਤਾ ਲੱਗਿਆ ਵੀ ਕੀ ਬਣ ਗਿਆ। ਕਿੰਨੇ ਜਣੇ ਜ਼ਖਮੀ ਹੋ? ਪਤਾ ਹੀ ਨਹੀਂ, ਮੈਨੂੰ ਤਾਂ ਕੁਛ ਨਹੀਂ ਪਤਾ ਕਿੰਨੇ ਜਾਣੇ ਆਗੇ। ਅਸੀਂ ਸਗਨ ਖਮਣੀ ਮੰਨਣ ਜਾਂਦੇ ਸੀਗੇ, ਮੁੰਡਾ ਤਾਂ ਬਾਹਰ ਸੀ, ਕਿਤੇ ਖਮਣੀ ਮੰਨਣ ਜਾਂਦੇ ਸੀ। ਫਿਰ ਕੀ ਹੋਇਆ? ਫਿਰ ਜੀ ਸਾਡੀ ਗੱਡੀ ਤਾਂ ਮੂਹਰੇ ਸੀਗੀ, ਇਹ ਗੱਡੀ 10 ਮਿੰਟ ਬਾਅਦ ਤੁਰੀ ਘਰੋਂ, ਅਸੀਂ ਆ ਕੇ ਡੱਬੇ ਡੁੱਬੇ ਪਾਉਣੇ ਸੀਗੇ ਤੇ ਕੋਟ ਫੱਟਿਆ ਕਿ ਇਹਦਾ ਐਕਸੀਡੈਂਟ ਹੋ ਗਿਆ, ਇਹਦੇ ਆਪਦੀ ਸਾਈਡ ਤੇ ਉੱਥੇ ਸਾਡੇ ਉਹਨੇ ਆ ਕੇ ਵਿੱਚ ਗੱਡੀ ਮਾਰ ਦਿੱਤਾ। ਸਾਨੂੰ ਤਾਂ ਸਮੀਰ ਫੋਨ ਆਇਆ, ਸਾਨੂੰ ਕਹਿੰਦੇ ਕੋਟ ਫੱਟੇ ਐਕਸੀਡੈਂਟ ਹੋ ਗਿਆ, ਫਿਰ ਅਸੀਂ ਕੋਟ ਫੱਟੇ ਵੱਗ ਗਏ, ਉੱਥੋਂ ਅਸੀਂ ਫਿਰ ਸਾਰੇ ਹਸਪਤਾਲ ਲੈ ਗਏ, ਉੱਥੋਂ ਅਸੀਂ ਵਾਪਸ ਹਸਪਤਾਲ। ਜ਼ਖਮੀ ਕਿੰਨੇ ਹੋਏ? ਜ਼ਖਮੀ ਤਾਂ ਜੀ ਕੋਟ ਫੱਤੇ ਕਹਿੰਦੇ ਐਕਸੀਡੈਂਟ ਹੋਇਆ, ਅਸੀਂ ਤਾਂ ਕੋਲੇ ਨਹੀਂ ਸੀਗੇ ਸਾਡੀ ਗੱਡੀ ਦਾ। ਜ਼ਖਮੀ ਜੀ ਪੋਤੀ ਹੈ ਤੇ ਦੋ ਨੂੰਹ ਹੈ, ਚਾਰ ਜਣੇ ਜ਼ਖਮੀ ਹੈ ਜੀ, ਇੱਕ ਦੀ ਬਾਂਹ ਫ੍ਰੈਕਚਰ ਹੋਈ ਹੈ, ਇੱਕ ਦੀ ਡੈਡ ਹੋ ਗਈ। ਹਾਂਜੀ, ਕਿਵੇਂ ਲੱਗੀ ਗੱਡੀ? ਉਹ ਬੰਦਾ ਜਿਹੜਾ ਮੂਹਰੋਂ ਗੱਡੀ ਆਇਆ ਦਾਰੂ ਪੀਤੀ ਹੋਈ ਹੈ ਜੀ। ਹਾਂਜੀ।